ਲੁਧਿਆਣਾ ਵਿਖੇ 26 ਨਵੰਬਰ 1871 ਈਸਵੀ ਨੂੰ ਦੇਸ਼ ਦੇ ਲਈ ਸ਼ਹੀਦ ਹੋਏ ਰਤਨ ਸਿੰਘ ਜੀ ਦੀ ਯਾਦ ਵਿਚ ਮਹਾਨ ਸ਼ਹੀਦੀ ਸਮਾਗਮ ਨਾਮਧਾਰੀ ਮੁਖੀ ਉਦੇ ਸਿੰਘ ਜੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਉਦੇ ਸਿੰਘ ਜੀ ਨੇ ਦੱਸਿਆ ਕਿ 28-29 ਨਵੰਬਰ ਨੂੰ ਸਤਿਗੁਰੂ ਜਗਜੀਤ ਸਿੰਘ ਸੰਮੇਲਨ ਸ੍ਰੀ ਭੈਣੀ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਸੰਗੀਤ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗੀਤ ਪ੍ਰੇਮੀ ਸੰਮੇਲਨ ਵਿਚ ਪਹੁੰਚਣ। ਨਵੰਬਰ ਨੂੰ ਸਤਿਗੁਰੂ ਜਗਜੀਤ ਸਿੰਘ ਸੰਮੇਲਨ ਕਰਵਾ ਰਹੇ ਹਾਂ ਸ੍ਰੀ ਭੈਣੀ ਸਾਹਿਬ ਵਿੱਚ, ਅਤੇ ਸਾਰਿਆਂ ਕੋਲ, ਸਾਰੇ ਸੰਗੀਤ ਪ੍ਰੇਮੀਆਂ ਕੋਲ ਅਰਜ਼ ਬੇਨਤੀ ਹੈ ਕਿ ਵੱਧ ਤੋਂ ਵੱਧ ਆਉਣ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਸੰਗੀਤ ਨੂੰ ਬਹੁਤ ਹੀ ਪ੍ਰੇਮ ਕੀਤਾ ਔਰ ਉਹਨਾਂ ਦਾ ਇਹ ਸੁਪਨਾ ਸੀ ਕਿ ਹਰ ਇੱਕ ਬੱਚੇ ਵਿੱਚੋਂ ਸੰਗੀਤ ਦੀ ਥੋੜ੍ਹੀ ਬਹੁਤ ਖੁਸ਼ਬੂ ਆਵੇ ਜ਼ਰੂਰ। ਉਸੇ ਨੂੰ ਮੁੱਖ ਲੈ ਕੇ ਅਸੀਂ ਹਰ ਸਾਲ ਸੰਗੀਤ ਸੰਮੇਲਨ ਕਰਵਾਉਂਦੇ ਹਾਂ ਔਰ ਇਸ ਵਾਰ ਵੀ ਅਸੀਂ ਕੁਛ ਬੜੇ ਅੱਛੇ ਆਰਟਿਸਟ ਆ ਰਹੇ ਨੇ। ਜ਼ਾਕਿਰ ਜੀ ਆ ਰਹੇ ਨੇ, ਉਹਨਾਂ ਦੇ ਬ੍ਰਦਰ ਤੌਫੀਕ ਕੁਰੈਸ਼ੀ ਆ ਰਹੇ ਨੇ, ਉਹਨਾਂ ਨਾਲ ਪਖਾਵਜ ਵਾਲੇ ਅਨੰਤ ਕ੍ਰਿਸ਼ਨਾ ਆ ਰਹੇ ਨੇ ਔਰ ਇੱਕ ਡਰਮਰ ਆ ਰਿਹਾ ਜੋ ਬਾਹਰੋਂ ਆ ਰਹੇ ਨੇ, ਫਿਰ ਪ੍ਰਵੀਨ ਗੋਰਖੰਡੇ ਆ ਰਹੇ ਨੇ, ਫਿਰ ਪੰਡਿਤ ਅਜੋਏ ਚੱਕਰਵਰਤੀ ਆ ਰਹੇ ਨੇ ਔਰ ਆਪਣੇ ਨਾਮਧਾਰੀ ਆਰਟਿਸਟ ਜਿਹੜੇ ਨੇ ਉਹ ਕਰਨਗੇ। ਇਸ ਕਰਕੇ ਹਰ ਤਰ੍ਹਾਂ ਦੀ ਤਰ੍ਹਾਂ ਸਾਨੂੰ ਉਮੀਦ ਹੈ ਕਿ ਉਹਨਾਂ ਦੀ ਕਿਰਪਾ ਨਾਲ ਬੜਾ ਅੱਛਾ ਸੰਗੀਤ ਸੰਮੇਲਨ ਹੋਏਗਾ ਅਤੇ ਅਸੀਂ ਸਾਰਿਆਂ ਨੂੰ ਨਿਮੰਤਰਣ ਦਿੰਦੇ ਹਾਂ। ਕੋਲ ਇੱਕ ਸਭ ਤੋਂ ਪਹਿਲਾਂ ਬੁੱਚੜਖਾਨਾ ਉਹਨਾਂ ਨੇ ਖੋਲ੍ਹਿਆ, ਜਿਹੜੀਆਂ ਇੱਲਾਂ ਕਾਂ ਜਿਹੜੇ ਸੀ ਹਰਿਮੰਦਰ ਸਾਹਿਬ 'ਚ ਬੋਟੀ ਆ ਕੇ ਡਿੱਗਦੀਆਂ ਸੀ, ਉਹ ਫਿਰ ਨਾਮਧਾਰੀ ਉੱਥੇ ਸਿੰਘ ਗਏ। ਬਾਕੀ ਕਿਸੇ ਨੇ ਇਸ ਗੱਲ ਦਾ ਹੀਆ ਨਹੀਂ ਕੀਤਾ, ਸਾਰੇ ਦੇਖਦੇ ਸੀਗੇ ਉਦੋਂ, ਮਤਲਬ ਗ੍ਰੰਥ ਸਾਹਿਬ ਸਾਹਮਣੇ ਵੀ ਬੋਟੀ ਰੱਖੀ ਗਈ, ਮਤਲਬ ਇੰਨਾ ਡਰਦੇ ਸੀ ਅੰਗਰੇਜ਼ ਤੋਂ, ਪਰ ਨਾਮਧਾਰੀ ਨਹੀਂ ਡਰੇ। ਉਹਨਾਂ ਨੇ ਉਹ ਸਾਰੇ ਇਕੱਠੇ ਹੋ ਕੇ ਉਹ ਬੁੱਚੜ ਵੱਢੇ, ਬੁੱਚੜ ਵੱਢ ਕੇ ਗਾਈਆਂ ਨੂੰ ਉਹ, ਉਸ ਤੋਂ ਬਾਅਦ ਇਹ ਇੱਦਾਂ ਹੀ ਉੱਥੇ ਸ਼ਹਾਦਤਾਂ ਹੋਈਆਂ। ਇਸ ਤਰ੍ਹਾਂ ਹੀ ਅੰਮ੍ਰਿਤਸਰ ਹੋਈ, ਰਾਏਕੋਟ ਹੋਈ, ਲੁਧਿਆਣੇ ਹੋਈ, ਮਲੇਰਕੋਟਲੇ ਸ਼ਹਿਰ ਨਾਮ ਤਾਂ ਜ਼ਰੂਰ ਹੈ। ਅੱਜ ਉਹ ਜਿਹੜੇ ਦੋ ਸਿੰਘ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੇ ਨਿਵੇਤਾ ਸਾਹਮਣੇ ਬੋਰਡ ਹੈ ਇਹਨਾਂ ਫਾਂਸੀ ਦਿੱਤਾ ਸੀ। ਉਹਨਾਂ ਦੀ ਯਾਦ 'ਚ ਹਰ ਵੇਲੇ ਸਾਲਾਨਾ ਸਮਾਗਮ ਆਉਂਦਾ। ਇਹ ਜਿਹੜੀ ਜਗ੍ਹਾ ਵੀ ਆ ਇਹ ਸਾਨੂੰ ਬਾਦਲ ਸਾਹਿਬ ਨੇ ਦਿੱਤੀ, ਇੱਥੇ ਸਾਰਾ ਹੁਣ ਸਮਾਰਕ ਬਣਦਾ, ਹਰ ਸਾਲ ਇੱਥੇ ਸਾਲਾਨਾ ਸਮਾਗਮ ਹੁੰਦਾ।